ਬੁਲਾਰਿਆਂ ਦੱਸਿਆ ਕਿ ਅੱਜ ਦਾ ਜਿਹੜਾ ਸਾਡਾ ਮੀਟਿੰਗ ਦਾ ਜਿਹੜਾ ਮੇਨ ਏਜੰਡਾ ਹੈ ਕਿ 20 ਫਰਵਰੀ ਦਾ ਜਿਹੜਾ ਧਰਨਾ ਦਿੱਲੀ ਉਹਦੇ ਵਾਸਤੇ ਅਸੀਂ ਜਿਹੜੀ ਮੀਟਿੰਗ ਕਾਲ ਕੀਤੀ ਹੈ ਤੇ ਆਪਾਂ ਵੱਧ ਤੋਂ ਵੱਧ ਜਿਹੜਾ ਵਾ ਦਿੱਲੀ ਨੂੰ ਪੂਛ ਕਰਨਾ ਹੈ ਮੇਰੇ ਤੋਂ ਪਹਿਲੇ ਬੁਲਾਰਿਆਂ ਦੱਸਿਆ ਵਾ ਕਿ ਕਿੱਦਾਂ ਜਿਹੜਾ ਸਾਡਾ ਜਿਹੜਾ ਸਾਬਕਾ ਸੈਨਿਕਾਂ ਦਾ ਸੰਘਰਸ਼ ਆ ਅਸੀਂ ਜਿਹੜਾ ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੇ ਪਹਿਲੇ 22 ਜਨਵਰੀ ਨੂੰ ਮੀਟਿੰਗ ਕੀਤੀ ਤਨ ਤਨ ਪੂਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਕਾਲ ਦਿੱਤੀ ਸੀਗੀ ਕਿ ਆਓ ਮੌਕਾ ਵਾ ਉਹ ਇਕੱਠੇ ਹੋਈਏ ਅਤੇ ਜਿਹੜਾ ਓ ਆਰ ਪੀ ਰਿਵੀਜ਼ਨ ਹੋ ਰਹੀ ਹੈ ਇਹਦੇ ਵਾਸਤੇ ਆਪਾਂ ਕੋਈ ਪਲਾਨ ਕਰੀਏ ਸੰਘਰਸ਼ ਦੀ ਅਤੇ ਉੱਥੇ ਥੋੜ੍ਹੀਆਂ ਬਹੁਤੀਆਂ ਜਥੇਬੰਦੀਆਂ ਆਈਆਂ ਜ਼ਿਆਦਾਤਰ ਜਥੇਬੰਦੀਆਂ ਜਿਹੜੀਆਂ ਅਫਸਰਾਂ ਦੀਆਂ ਆਪਣੇ ਆਪ ਨੂੰ ਕਹਾਉਂਦੀਆਂ ਜੇ ਸੀ ਓ ਜਵਾਨ ਸੰਸਥਾਵਾਂ ਦਾ ਲੇਕਿਨ ਉਹਨਾਂ ਦੀ ਡੋਰ ਕਿਤੇ ਨਾ ਕਿਤੇ ਅਫਸਰਾਂ ਦੇ ਹੱਥ ਦੇ ਵਿੱਚ ਆ ਉਹ ਹੁਣ ਜੱਗ ਜ਼ਹਿਰ ਹੋ ਰਿਹਾ ਵਾ ਉਹ ਜਥੇਬੰਦੀਆਂ ਦਾ ਜਿਹੜੇ ਪੋਲ ਖੁੱਲ ਰਹੇ ਨੇ ਹੁਣ ਉਹ ਤੁਹਾਡੇ ਸਾਹਮਣੇ ਆ ਜਾਣਾ ਸਭ ਕੁਛ ਅਤੇ ਇਸ ਕਰਕੇ ਉੱਥੇ ਅਸੀਂ ਮੀਟਿੰਗ ਦੇ ਵਿੱਚ ਪਲਾਨ ਕੀਤਾ ਕਿ 20 ਫਰਵਰੀ ਦਾ ਜਿਹੜਾ ਡੇਟ ਉਹ ਜਿਹੜੇ ਦੂਜੇ ਸਟੇਟਾਂ ਦੀਆਂ ਬੀ ਕੇ ਮੈਂ ਨੈਸ਼ਨਲ ਐਡਵਾਈਜ਼ਰ ਮੈਨੂੰ ਦੂਜੇ ਸਟੇਟਾਂ ਦੀਆਂ ਜਿੰਨੀਆਂ ਜਥੇਬੰਦੀਆਂ ਜੇ ਸੀ ਓ ਜਵਾਨ ਦੀਆਂ ਅਪ ਟੂ ਤਾਮਿਲਨਾਡੂ ਕਰਨਾਟਕਾ ਪਾਂਡੇਚਰੀ ਤੱਕ ਵੀ ਮੇਰਾ ਜਿਹੜਾ ਉਹਨਾਂ ਦੇ ਨਾਲ ਫੋਨ 'ਤੇ ਗੱਲਬਾਤ ਹੁੰਦੀ ਆ ਅਤੇ ਆਪਾਂ ਉਹਨਾਂ ਨਾਲ ਲੈਜਨ ਕਰਕੇ ਉਹਨਾਂ ਦੀ ਸਲਾਹ ਮਸਲਾ ਲੈ ਕੇ ਫਿਰ ਹੀ ਅਸੀਂ 20 ਤਰੀਕ ਦਾ ਪ੍ਰੋਗਰਾਮ ਜਿਹੜਾ ਮਿਥਿਆ ਸੀਗਾ ਅਤੇ ਹੁਣ ਅਸੀਂ 20 ਫਰਵਰੀ ਦਾ ਜਿਹੜਾ ਪ੍ਰੋਗਰਾਮ ਮਿਥਿਆ ਵਾ ਉਹਦੇ ਵਾਸਤੇ ਅਸੀਂ ਪਲਾਨਿੰਗ ਕਰਨੀ ਆ ਵੀ ਆਪਾਂ ਕਿੱਦਾਂ ਜਾਣਾ ਹੈ ਬਲਾਕ ਵਾਈਜ਼ ਟੀਮਾਂ ਬਣਾਉਣੀਆਂ ਨੇ ਕਿੱਦਾਂ ਜਾਣਾ ਟ੍ਰੇਨ 'ਤੇ ਜਾਣਾ ਜਾਂ ਉਹ ਆਪਾਂ ਬਾਅਦ ਦੇ ਵਿੱਚ ਅਸੀਂ ਸਲਾਹ ਕਰ ਲਵਾਂਗੇ ਹੁਣ ਅਸੀਂ ਮੈਂ ਤੁਹਾਨੂੰ ਇਹੋ ਹੀ ਦੱਸਣਾ ਚਾਹੁੰਦਾ ਕਿ ਗਰੁੱਪਾਂ ਦੇ ਵਿੱਚ ਇਹੋ ਜਿਹੀਆਂ ਜਥੇਬੰਦੀਆਂ ਇਹੋ ਜਿਹੇ ਅਫਸਰਾਂ ਦੇ ਪਿਛਲੱਗੂ ਜਿਹੜੇ ਨੇ ਜਾਂ ਕਿਸਾਨੀ ਜਥੇਬੰਦੀਆਂ ਸੋਰੀ ਬੀਜੇਪੀ ਦੇ ਜਿਹੜੇ ਜਿਹੜੀਆਂ ਕਈ ਆਪਾਂ ਜਿਹੜੀਆਂ ਸਾਡੀਆਂ ਜੇ ਸੀ ਓ ਜਵਾਨ ਸੰਸਥਾਵਾਂ ਨੇ ਨਾ ਕਈ ਪੋਲੀਟੀਕਲ ਪਾਰਟੀਆਂ ਦੇ ਨਾਲ ਅਲਾਈਂਸ ਨੇ ਉਹਨਾਂ ਦੇ ਭਾਵੇਂ ਕੋਈ ਕਾਂਗਰਸ ਦੇ ਬੇਸ ਹੈ ਜਾਂ ਆਮ ਪਾਰਟੀ ਦੇ ਬੇਸ ਹੈ ਜਾਂ ਬੀਜੇਪੀ ਦੇ ਬੇਸ ਹੈ ਪਰ ਅਸੀਂ ਜਿਹੜੀ ਸਾਡੀ ਸਾਬਕਾ ਸੈਨਿਕ ਸੰਘਰਸ਼ ਕਮੇਟੀ ਆ ਪਿਓਰਲੀ ਨਾਨ ਪੋਲੀਟੀਕਲ ਆ ਸਾਡਾ ਕਿਸੇ ਪਾਰਟੀ ਦੇ ਨਾਲ ਕੋਈ ਲੈਣ ਦੇਣ ਵਾਸਤਾ ਨਹੀਂ ਹੈ ਅਤੇ ਇਸ ਕਰਕੇ ਜਿਹੜੀਆਂ ਬੀਜੇਪੀ ਦੇ ਨਾਲ ਅਲਾਈਂਸ ਜਥੇਬੰਦੀਆਂ ਨੇ ਜਾਂ ਅਫਸਰਾਂ ਦੇ ਜਿਹੜੇ ਪਿਛਲੱਗੂ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਅਫਸਰਾਂ ਦੇ ਨਾਲ ਜਿਹੜੇ ਜਿਨ੍ਹਾਂ ਦੀ ਡੋਰ ਅਫਸਰਾਂ ਦੇ ਹੱਥ ਦੇ ਵਿੱਚ ਆ ਉਹ ਬੜੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡਾ ਜਿਹੜਾ ਹੈ 20 ਫਰਵਰੀ ਵਾਲਾ ਜਿਹੜਾ ਧਰਨਾ ਵਾ ਉਹਨੂੰ ਤਾਰ ਪਿੰਡੋ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਅਸੀਂ ਆਪਾਂ ਸਮਝਣਾ ਵਾ ਕਿ ਜਿਹੜੀ ਵੀ ਤੁਹਾਡੇ ਕੋਲ ਵੀਡੀਓ ਆਉਂਦੀ ਆ ਇਹੋ ਜਿਹੀ ਨੈਗੇਟਿਵ ਵੀਡੀਓ ਆਉਂਦੀ ਆ ਕਿ ਜਿਹੜਾ ਜਿੱਦਾਂ ਕਿ ਆਹ ਵੀਡੀਓ ਇੱਕ ਵਾਇਰਲ ਹੋ ਰਹੀ ਸੀਗੀ ਕਿ ਮੇਰੀ ਗੱਲ ਹੋ ਗਈ ਉੱਥੇ ਮੈਂ ਇੱਕ ਘੰਟਾ ਗੱਲ ਕੀਤੀ ਆ ਪਤਾ ਨਹੀਂ ਕਿਹੜੇ ਕੰਜਰ ਨਾਲ ਗੱਲ ਕੀਤੀ ਆ ਸਾਨੂੰ ਦੱਸਿਆ ਤਾਂ ਸਹੀ ਕਿ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਆ ਡਿਫੈਂਸ ਮਿਨਿਸਟਰ ਕਿਹਦੇ ਨਾਲ ਗੱਲ ਕੀਤੀ ਆ ਐਵੇਂ ਲੋਕਾਂ ਨੂੰ ਜਿਹੜਾ ਵਾ ਭੰਬਰ ਭੂਸੇ 'ਚ ਪਾਉਣ ਡੀਆਂ ਇਹੋ ਜਿਹੀਆਂ ਵੀਡੀਓ ਜਿਹੜੀਆਂ ਨੇ ਅਤੇ ਲੋਕ ਜਿਹੜੇ ਆ ਉਹ ਉਹਨਾਂ ਨੂੰ ਇਹ ਹੋ ਜਾਂਦਾ ਕਿ ਪਤਾ ਨਹੀਂ ਯਾਰ ਵਾਕਈ ਹੈ ਜਿਹੜਾ ਜਿਹੜੇ ਕੈਂਸਲ ਹੋ ਗਏ ਹੋਣਗੇ ਜਿਹੜਾ ਟੇਬਲ ਆ ਅਤੇ ਟੇਬਲ ਕੈਂਸਲ ਹੋ ਗਏ ਨੇ ਵਾਪਸ ਲੈ ਲਿਆ ਸਰਕਾਰ ਨੇ ਭਰਾਵੋ ਕੋਈ ਵਾਪਸ ਨਹੀਂ ਲਏ ਇਹ ਕੇਵਲ ਸਰਕਾਰਾਂ ਦੀਆਂ ਚਾਲਾਂ ਨੇ ਜਾਂ ਅਫਸਰਾਂ ਦੀਆਂ ਚਾਲਾਂ ਨੇ ਜਿਹੜੇ ਸਾਡੇ ਹੀ ਜੇ ਸੀ ਓ ਜਵਾਨ ਸਾਡੇ ਭਰਾਵਾਂ ਤੋਂ ਮਤਲਬ ਇਹੋ ਜਿਹੀਆਂ ਵੀਡੀਓ ਬਣਵਾ ਕੇ ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਵਾ ਅਸੀਂ ਉਹਨਾਂ ਨੂੰ ਕਹਾਂਗੇ ਬੜਵੇ ਨੇ ਉਹ ਲੋਕ ਬੜਵੇ ਨੇ ਜਿਹੜੇ ਆ ਸੰਘਰਸ਼ ਦੇ ਵਿੱਚ ਜਿਹੜਾ ਸਾਡਾ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਹੀ ਜੇ ਸੀ ਓ ਜਵਾਨ ਇਹੋ ਜਿਹੀਆਂ ਵੀਡੀਓ ਪਾ ਰਹੇ ਨੈਗੇਟਿਵ ਕਿ ਕੈਂਸਲ ਹੋ ਗਏ ਆ ਫਲਾਨ ਹੋ ਗਿਆ ਅਸੀਂ 23 ਮਾਰਚ ਨੂੰ ਜਿਹੜਾ ਵਾ ਐਜੀਟੇਸ਼ਨ ਕਰਨਾ ਹੈ ਸਰਕਾਰ ਇਹਦੇ ਉੱਤੇ ਸੋਚ ਰਹੀ ਹੈ ਉਹ ਸਭ ਸਰਕਾਰੀ ਏਜੰਸੀਆਂ ਜੇ ਉਹਨਾਂ ਦੇ ਬਕਾਵੇ 'ਚ ਨਹੀਂ ਜੇ ਆਉਣਾ ਅਤੇ ਇਹੋ ਜਿਹੀ ਵੀਡੀਓ ਤੁਹਾਡੇ ਕੋਈ ਵੀ ਵੀਡੀਓ ਜਾਂ ਕੋਈ ਮੈਸੇਜ ਜਾਂ ਕੋਈ ਆਡੀਓ ਇਹੋ ਜਿਹੀ ਆਡੀਓ ਤੁਹਾਡੇ ਕੋਲ ਆਉਂਦੀ ਆ ਉਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਨਾ ਕਰੋ ਕਿਉਂਕਿ ਗਰੁੱਪਾਂ ਦੇ ਵਿੱਚ ਸ਼ੇਅਰ ਕਰਨ ਦੇ ਨਾਲ ਸਾਡੇ ਜਿਹੜੇ ਜਵਾਨ ਜਿਹੜੇ ਪੋਜੀਟਿਵ ਨੇ ਜਿਹੜੇ ਦਿੱਲੀ ਨੂੰ ਜਾਣਾ ਚਾਹੁੰਦੇ ਨੇ ਉਹਨਾਂ ਦਾ ਵੀ ਮਰਾਲ ਡਾਊਨ ਹੋ ਜਾਂਦਾ ਵਾ ਉਹ ਵੀ ਜਿਹੜੇ ਮਤਲਬ 605 ਦੇ ਵਿੱਚ ਪੈ ਜਾਂਦੇ ਨੇ ਕਿ ਜਿਹੜੇ ਕਿਤੇ ਵਾਕਈ ਇਹ ਸਹੀ ਤਾਂ ਨਹੀਂ ਹੈ ਇਸ ਕਰਕੇ ਉਹ ਜਿਹੀਆਂ ਜਿਹੜੀਆਂ ਨੈਗੇਟਿਵ ਵੀਡੀਓ ਨੇ ਉਹਨਾਂ ਨੂੰ ਉਹਨਾਂ ਦੇ ਉੱਤੇ ਤੁਸੀਂ ਸੋਚ ਸਮਝ ਕੇ ਗਰੁੱਪਾਂ 'ਚ ਪਾਉਣਾ ਵਾ ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਸਾਡੇ ਨਾਲ ਵੀ ਗੱਲ ਕਰਕੇ ਜੇ ਕੋਈ ਸਹੀ ਵੀਡੀਓ ਹੋਏਗੀ ਤਾਂ ਉਹ ਗਰੁੱਪਾਂ 'ਚ ਪਾਓ ਅਤੇ ਬਹੁਤ ਕੋਸ਼ਿਸ਼ ਹੋ ਰਹੀ ਹੈ ਸਰਕਾਰਾਂ ਦੁਆਰਾ ਜਾਂ ਅਫਸਰਾਂ ਦੁਆਰਾ ਜਿਹੜਾ ਵਾ ਕਿ ਉਹ ਜਿਹੜਾ ਇਹ ਜਿਹੜਾ ਜਵਾਨਾਂ ਦਾ ਜਿਹੜਾ ਧਰਨਾ ਵਾ ਇਹਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਫੇਲ ਕੀਤਾ ਜਾਵੇ ਇਹ ਜਿਹੜੀ ਐਜੀਟੇਸ਼ਨ ਆ ਅਸੀਂ ਇਹ ਕਹਿ ਚੁੱਕੇ ਹਾਂ ਸਾਡੀਆਂ ਜਿਹੜੀਆਂ ਵੀਡੀਓ ਆਲਰੇਡੀ ਪੂਰੇ ਅਸੀਂ ਦੇਸ਼ ਦੇ ਵਿੱਚ ਵਾਇਰਲ ਹੋ ਰਹੀਆਂ ਨੇ ਜਾਂ ਦੂਜੇ ਸਟੇਟਾਂ ਤੋਂ ਵੀ ਜਿਹੜੇ ਸਾਡੇ ਸਮਰਥਨ ਦੇ ਵਿੱਚ ਜੇ ਸੀ ਓ ਜਵਾਨ ਸੰਸਥਾ ਆ ਰਹੀ ਉਹਨਾਂ ਦੀਆਂ ਵੀਡੀਓ ਅਸੀਂ ਅਪਲੋਡ ਕਰ ਰਹੇ ਹਾਂ ਆਪਣੇ ਸਾਬਕਾ ਸੈਨਿਕਾਂ ਦਾ ਚੈਨਲ ਜਿਹੜਾ ਸਾਡਾ ਨੈਸ਼ਨਲ ਲੈਵਲ ਦਾ ਕਪਲ ਫੌਜੀ ਦੇ ਨਾਂ ਦਾ ਅਤੇ ਜਿਹੜੇ ਵੀ ਦੂਜੀਆਂ ਸਟੇਟਾਂ ਤੋਂ ਇੰਨਾ ਕੁ ਸਾਨੂੰ ਸਹਿਯੋਗ ਮਿਲ ਰਿਹਾ ਵਾ ਕਿਉਂਕਿ ਮੇਰੀਆਂ ਵੀ ਵੀਡੀਓ ਵਾਇਰਲ ਹੋਈਆਂ ਨੇ ਉਹਦੇ ਵਿੱਚ ਸਾਡਾ ਨੰਬਰ ਗਿਆ ਪੂਰੇ ਦੂਜੇ ਸਟੇਟਾਂ ਤੋਂ ਜਿੰਨੀਆਂ ਜੁਨੀਆਂ ਜੇ ਸੀ ਓ ਜਵਾਨਾਂ ਦੀਆਂ ਨੇ ਉਹਨਾਂ ਦੇ ਸਾਨੂੰ ਫੋਨ ਆ ਰਹੇ ਆ ਬਹੁਤ ਹੰਗਾਰਾ ਮੇਰਿਆ ਲੇਕਿਨ ਸਾਡੇ ਪੰਜਾਬ ਦੀਆਂ ਜਿਹੜੀਆਂ ਸੰਸਥਾਵਾਂ ਨੇ ਜ਼ਿਆਦਾਤਰ ਅਜੇ ਵੀ ਅਫਸਰਾਂ ਦੇ ਪਿੱਛੇ ਅਜੇ ਵੀ ਅਫਸਰਾਂ ਦੀ ਦੁੰਬ ਫੜ ਕੇ ਘੁੰਮਣ ਰਹੇ ਆ ਜ਼ਿਆਦਾਤਰ ਸਾਡੇ ਜਿਹੜੇ ਸਾਬਕਾ ਸੈਨਿਕ
ਜਿਹੜੇ ਪੰਜਾਬ ਦੀਆਂ ਜੇਸੀਓ ਜਵਾਨ ਸੰਸਥਾ ਘਾਉਂਦੀਆਂ ਨੇ ਉਹ ਅਜੇ ਵੀ ਮੂੰਹ ਨਹੀਂ ਖੋਲਣ ਦੀਆਂ ਕਿ ਅਸੀਂ ਦਿੱਲੀ ਜਾਣਾ ਕਿ ਨਹੀਂ ਜਾਣਾ। ਸਾਨੂੰ ਮਤਲਬ ਇੱਥੋਂ ਤੱਕ ਕਿ ਜਿਹੜਾ ਲੀਗ ਦੇ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਦੇ ਫੋਨ ਆ ਰਹੇ ਨੇ। ਆ ਮੈਨੂੰ ਅੱਜ ਸਵੇਰੇ ਇੱਕ ਫੋਨ ਆਇਆ ਭੋਗਪੁਰ ਦਾ, ਇੱਕ ਕੈਪਟਨ ਗੁਰਦੇਵ ਸਿੰਘ ਆ, ਕੀ ਨਾਮ ਉਹਨਾਂ ਦਾ, ਭੋਗਪੁਰ ਵਾਲੇ ਜਿਹੜੇ ਪੰਜਾਬ ਦੇ ਇੰਡੀਅਨ ਐਕਸਰਸ ਮੂਨ ਦੇ ਪੰਜਾਬ ਦੇ ਵਾਈਸ ਪ੍ਰਧਾਨ ਆ ਗੁਰਮੇਲ ਸਾਹਿਬ ਦਾ। ਉਹਨਾਂ ਨੇ ਵੀ ਮੈਨੂੰ ਆਸ਼ਵਾਸਨ ਦਵਾਇਆ ਕਿ ਗੋਸਲ ਸਾਹਿਬ ਅਸੀਂ ਹੁਣ ਵਾਕਿਆ ਜਿਹੜਾ ਅਸੀਂ ਅਫਸਰਾਂ ਤੋਂ ਜਿਹੜਾ ਵਾਕਿਆ ਧੋਖਾ ਖਾ ਲਿਆ, ਅਸੀਂ ਦੋ ਗੱਡੀਆਂ ਲੈ ਕੇ ਭੋਗਪੁਰ ਤੋਂ ਜਾਵਾਂਗੇ ਦਿੱਲੀ ਲੀਗ ਦੇ ਹੁੰਦੇ ਹੋਏ। ਮੈਂ ਅਸੀਂ ਮੈਂ ਵੀਡੀਓ ਉਹ ਹੀ ਪਾਈ ਆ ਕਿ ਜਿਹੜੀ ਵੀ ਅਫਸਰ ਹੈਡ ਸੰਸਥਾ ਵਾ ਉਹਨਾਂ ਦੇ ਥੱਲੇ ਜਿਹੜੇ ਜੇਸੀਓ ਜਵਾਨ ਜੁੜੇ ਨੇ, ਅਗਰ ਉਹ ਸਾਡੇ ਸੰਘਰਸ਼ ਵਿੱਚ ਆਉਣਾ ਚਾਹੁੰਦੇ ਉਹਨਾਂ ਦਾ ਵੈਲਕਮ ਕਰਦੇ ਹਾਂ। ਬੇਬਸਰਤ ਆ ਕਿ ਉਹ ਅਫਸਰ ਹੈਡ ਸੰਸਥਾ ਜਿਹੜੀਆਂ ਨੇ ਉਹਨਾਂ ਦਾ ਬੈਨਰ ਨਹੀਂ ਲੈ ਕੇ ਆਉਣਾ ਕਿ ਤੁਸੀਂ ਲੀਗ ਦਾ ਬੈਨਰ ਲੈ ਕੇ ਆ ਜਾਓ। ਤੁਸੀਂ ਆਪਣੇ ਆਪ ਇੰਡੀਜੁਅਲ ਤੌਰ 'ਤੇ ਜ਼ਿਆਦਾਤਰ ਜਿਹੜੇ ਲੀਗ ਪ੍ਰਧਾਨ ਨੇ ਉਹ ਅਸਤੀਫਾ ਦੇ ਰਹੇ ਨੇ ਲੀਗਾਂ ਤੋਂ, ਜਾਂ ਜਿੰਨੀਆਂ ਵੀ ਅਫਸਰ ਹੈਡ ਸੰਸਥਾ ਨੇ ਉਹਨਾਂ ਤੋਂ ਕਈ ਲੋਕ ਜਿਹੜੇ ਜਾਗਰੂਕ ਹੋ ਗਏ, ਜਿਹੜੀ ਆਪਣੀ ਜ਼ਮੀਰ ਜਿਨ੍ਹਾਂ ਦੀ ਜਾਗਦੀ ਆ ਕਿ ਅਸੀਂ ਆਪਣੀ ਜੇਸੀਓ ਜਵਾਨਾਂ ਵਾਸਤੇ ਇਹ ਸੰਘਰਸ਼ ਲੜਨਾ, ਨਹੀਂ ਤਾਂ ਆਉਣ ਵਾਲੀ ਪੀੜ੍ਹੀ ਵੀ ਸਾਨੂੰ ਕੋਸੇਗੀ। ਮੇਰੇ ਤੋਂ ਪਹਿਲੇ ਜਿੱਦਾਂ ਬਲਵਿੰਦਰ ਸਾਹਿਬ ਨੇ ਦੱਸਿਆ, ਆਉਣ ਵਾਲੀ ਪੀੜ੍ਹੀ ਵੀ ਸਾਨੂੰ ਕੋਸੇਗੀ, ਬਜ਼ੁਰਗੋ ਤੁਸੀਂ ਕੀ ਅਧਿਕਾਰੀਆਂ ਦੀ ਅਫਸਰਾਂ ਦੀ ਚਮਚਾਗਿਰੀ ਕਰ ਛੱਡੀ, ਕਿਉਂਕਿ ਇਹ ਜਿਹੜਾ ਵਨ ਰੈਂਕ ਵਨ ਪੈਨਸ਼ਨ ਹੁਣ ਤਾਂ ਸਿਪਾਹੀ ਤੋਂ ਹੌਲਦਾਰ ਤੱਕ ਮਿਲ ਗਿਆ ਥੋੜ੍ਹਾ ਬਹੁਤਾ। ਕਿਉਂ ਮਿਲਿਆ? ਕਿਉਂਕਿ ਜਿਹੜੇ ਨਵੇਂ ਜਵਾਨ ਪੈਨਸ਼ਨ ਆ ਰਹੇ ਉਹ MACP ਲੈ ਕੇ ਆਏ ਆ, ਅਤੇ ਪੁਰਾਣੇ ਜਿਹੜੇ ਉਹਨਾਂ ਨੂੰ MACP ਨਹੀਂ ਸੀ, ਉਹ ਵੀ MACP ਦੇ ਦਾਇਰੇ ਦੇ ਵਿੱਚ ਆ ਗਏ ਆ। ਉਹਨਾਂ ਦੀ ਜਿਹੜੀ 1,200, 1,500, 2,000, 3,000 ਤੱਕ ਜਿਹੜੀਆਂ ਪੈਨਸ਼ਨਾਂ ਵਧੀਆਂ ਨੇ, ਲੇਕਿਨ ਜਿਹੜਾ ORP ਰਿਵੀਜ਼ਨ 24 ਦੇ ਵਿੱਚ ਆ ਰਿਹਾ ਵਾ ਉਹ ਜਿਹੜੇ ਸਿਪਾਹੀ ਤੋਂ ਹੌਲਦਾਰ ਤੱਕ ਉਹ ਵੀ ਆਊਟ ਹੋ ਜਾਣੇ ਨੇ। ਜਿਵੇਂ ਕਿ ਹੁਣ JCO ਆਨਰੀ ਲੈਫਟੀਨੈਂਟ ਕੈਪਟਨ ਆਊਟ ਹੋਏ ਨੇ, ਇੱਦਾਂ ਜਿਹੜਾ ਸਿਪਾਹੀ ਤੋਂ ਹੌਲਦਾਰ ਤੱਕ ਵੀ ਆਊਟ ਹੋ ਜਾਣਗੇ ਅਗਲੀ ਜਿਹੜੀ 24 ਵਾਲੀ ਜਿਹੜੀ ਹੈਗੀ ORP ਰਿਵੀਜ਼ਨ ਆਉਣ ਵਾਲੀ ਹੈ, ORP 3। ਇਸ ਕਰਕੇ ਅਸੀਂ ਹੁਣ ਇਹ ਜਿਹੜਾ ਸੰਘਰਸ਼ ਅਸੀਂ ਇਹਨੂੰ ਦਿੱਤਾ ਅਭੀ ਨਹੀਂ ਤਾਂ ਕਦੀ ਨਹੀਂ। ਅਗਰ ਹੁਣ ਨਹੀਂ ਤੁਸੀਂ ਜਾਗੇ ਤਾਂ ਫਿਰ ਤੁਹਾਡਾ ਦੁਆਰਾ ਜਾਗਣ ਦਾ ਕੋਈ ਫਾਇਦਾ ਨਹੀਂ ਜੇ ਹੋਣਾ। ਪੂਰੇ ਦੇਸ਼ ਦੇ ਵਿੱਚੋਂ ਸਾਨੂੰ ਇੰਨਾ ਕੁ ਸਹਿਯੋਗ ਮਿਲ ਰਿਹਾ ਵਾ, ਮਤਲਬ ਮੈਨੂੰ ਫੋਨ ਆ ਰਹੇ ਨੇ ਹਰੇਕ ਸਟੇਟ ਤੋਂ, ਕੇਰਲਾ, ਬਿਹਾਰ, ਸਾਊਦਰਨ ਸਾਈਡ ਤੋਂ। ਆ ਕੱਲ੍ਹ ਮੇਰੇ ਕੋਲ ਮੱਧਿਆ ਪ੍ਰਦੇਸ਼ ਤੋਂ ਇੱਕ ਡਿਫੈਂਸ ਵੈਟਰਨ ਆਰਗਨਾਈਜੇਸ਼ਨ ਦਾ ਪ੍ਰਧਾਨ ਪ੍ਰੈਜੀਡੈਂਟ ਦਾ ਫੋਨ ਆਇਆ ਮੱਧਿਆ ਪ੍ਰਦੇਸ਼ ਤੋਂ। ਉਹਨਾਂ ਦੀਆਂ ਹਰੇਕ ਸਟੇਟ ਦੇ ਵਿੱਚ ਉਹਨਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਦੇ ਸੈੱਲ ਨੇ, ਉਹਨਾਂ ਨੇ ਕਿਹਾ ਵੀ ਹਰੇਕ ਸਟੇਟ ਤੋਂ ਸਾਡੇ ਜਿਹੜੇ ਡਿਫੈਂਸ ਵੈਟਰਨ ਆਰਗਨਾਈਜੇਸ਼ਨ ਹੈ ਉਹਨਾਂ ਨੇ ਵੀ ਅਫਸਰਾਂ ਨੂੰ ਛੱਡਤਾ। ਲੇਕਿਨ ਸਾਡੀਆਂ ਜੇ ਦੋ ਚਾਰ ਜਥੇਬੰਦੀਆਂ ਇਹੋ ਜਿਹੀਆਂ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਘਾਉਂਦੀਆਂ ਨੇ, ਜਿੱਦਾਂ ਵੈਟਰਨ ਇੰਡੀਆ ਵਾ, ਉਹਨਾਂ ਦੇ ਬਕਾਵੇ 'ਚ ਵੀ ਨਾ ਆਇਓ। ਕੱਲ੍ਹ ਹੀ ਇੱਕ ਉਹਨਾਂ ਦਾ ਵੈਟਰਨ ਇੰਡੀਆ ਜਿਹੜਾ ਜਿਨ੍ਹਾਂ ਦਾ ਨੈਸ਼ਨਲ ਪ੍ਰਧਾਨ ਆ ਕੈਪਟਨ ਜਗਿੰਦਰ ਸਿੰਘ ਸਰੰਗਲ, ਜਿਹੜਾ ਇੱਕ ਜਿਹਨੇ ਕਦੀ ਵਰਦੀ ਨਹੀਂ ਪਾਈ, ਉਹ ਨੈਸ਼ਨਲ ਸਪੋਰਟਸਮੈਨ ਰਿਹਾ ਵਾ, ਚਲੋ ਬਹੁਤ ਵਧੀਆ ਸਪੋਰਟਸਮੈਨ ਸੀਗਾ, ਉਹਨੂੰ ਮਤਲਬ ਗੋਲਡ ਮੈਡਲਿਸਟ ਹੈ, ਲੇਕਿਨ ਜਿੰਨੇ ਬੰਦੇ ਨੇ ਪੂਰੀ ਉਮਰ ਵਰਦੀ ਨਾ ਪਾਈ ਹੋਏ ਉਹਨੂੰ ਕੀ ਸਾਡੇ ਜੇਸੀਓ ਜਵਾਨਾਂ ਦੇ ਮੁੱਦਿਆਂ ਦੇ ਬਾਰੇ ਕੀ ਪਤਾ ਹੋਏਗਾ। ਠੀਕ ਆ, ਉਹਦਾ ਅਸੀਂ ਮਾਣ ਕਰਦੇ ਹਾਂ ਕਿ ਉਹ ਇੱਕ ਨੈਸ਼ਨਲ ਲੈਵਲ ਦਾ ਇੰਟਰਨੈਸ਼ਨਲ ਸਪੋਰਟਸਮੈਨ ਸੀਗਾ। ਉਹਨੇ ਹੀ ਇੱਕ ਵੀਡੀਓ ਵਾਇਰਲ ਕੀਤੀ ਹੈ, ਅੱਜ ਹੀ ਕੱਪਲ ਦੀ ਵੀਡੀਓ ਵਾਇਰਲ ਹੋਈ ਹੈ, ਕੱਪਲ ਨੇ ਉਹਦੀ ਜਿਹੜੀ ਆ ਆਡੀਓ ਜਿਹੜੀ ਉਹ ਸੁਣਾ ਕੇ ਦੱਸੀ ਹੈ। ਉਹਦੇ ਵਿੱਚ ਉਹ ਕਹਿ ਰਿਹਾ ਕਿ ਸਰਕਾਰ ਨੇ ਵਾਪਸ ਕਰਤੇ ਨੇ, ਕਿਉਂਕਿ ਉਹ ਬੰਦਾ RSS ਦਾ ਸਾਨੂੰ ਪੱਕਾ ਸਬੂਤ ਆ, ਪਹਿਲੇ ਵੀ ਸਾਡੇ ਕੋਲ ਸਬੂਤ ਆ ਚੁੱਕੇ ਨੇ ਉਹਦੇ ਉਹਦੇ ਜਨਰਲ ਬਖਸ਼ੀ ਦੇ ਨਾਲ ਫੋਟੋਆਂ ਨੇ, ਉਹਦੇ ਡਿਫੈਂਸ ਮਿਨਿਸਟਰ ਦੇ ਨਾਲ, ਉਹਦਾ ਜਿਹੜਾ RSS ਦੇ ਨਾਲ ਉਹਦੀਆਂ ਫੋਟੋਆਂ ਨੇ, ਸਾਡੇ ਕੋਲ ਸਬੂਤ ਨੇ। ਉਹ ਸਰਕਾਰਾਂ ਇਹੋ ਜਿਹੇ ਬੰਦਿਆਂ ਨੂੰ ਬਿਠਾ ਕੇ ਇਹੋ ਜਿਹੀਆਂ ਵੀਡੀਓ ਵਾਇਰਲ ਕਰਾ ਰਹੀਆਂ ਨੇ। ਉਹਨੇ ਵੀਡੀਓ ਵਾਇਰਲ ਕੀਤੀ ਆ ਕਿ ਜਿਹੜਾ ਇਹ ਜੇਸੀਓ ਜਵਾਨਾਂ ਦਾ ORP ਦਾ ਮੁੱਦਾ ਵਾ, ਸਰਕਾਰ ਦਬਾਅ ਥੱਲੇ ਆ ਗਈ ਆ ਜੇਸੀਓ ਜਵਾਨਾਂ ਦਾ ਸੰਘਰਸ਼, ਜਿਹੜਾ 20 ਤਰੀਕ ਦਾ ਨਾਂ ਨਹੀਂ ਲਿਆ ਉਹਨੇ, ਪਰ ਸੰਘਰਸ਼ ਦਾ ਵਿੱਚ ਸਰਕਾਰ ਦਬਾਅ ਥੱਲੇ ਆ ਗਈ ਆ, ਸਰਕਾਰ ਨੇ ਟੇਬਲ ਵਾਪਸ ਲੈ ਲਏ ਨੇ, ਉਹ ਚਰਚਾ ਚੱਲ ਰਹੀ ਹੈ, ਸਾਡੀ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ। ਅਤੇ ਇਸ ਕਰਕੇ ਉਹ ਸਾਡਾ ਉਹਨਾਂ ਦਾ ਮੇਨ ਮਕਸਦ ਹੈ ਕਿ ਜਿਹੜਾ 20 ਫਰਵਰੀ ਵਾਲਾ ਜਿਹੜਾ ਸਾਡਾ ਧਰਨਾ ਉਹਨੂੰ ਤਾਰ ਪੀਡੋ ਕਰਦਾ। ਇਸ ਕਰਕੇ ਇਹੋ ਜਿਹੜੇ ਸਰਕਾਰੀ ਜਿਹੜੇ ਏਜੰਸੀਆਂ ਨੇ ਉਹਨਾਂ ਦੇ ਜਿਹੜੇ ਉਹਨੂੰ ਕਹਾਂਗਾ ਗੁਰਗਿਆ ਕਹੂੰਗਾ, ਉਹਨਾਂ ਗੁਰਗਿਆਂ ਦੀਆਂ ਜਿਹੜੀ ਸਪੀਚਾਂ ਨੂੰ ਜਿਹੜਾ ਉਹਨਾਂ ਨੂੰ ਪ੍ਰਭਾਵਿਤ ਨਹੀਂ ਹੋਣਾ ਅਤੇ ਉਹਨਾਂ ਨੂੰ ਜ਼ਿਆਦਾ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਨਹੀਂ ਕਰਨਾ। ਅਤੇ ਅਸੀਂ ਉਹਦਾ ਵੀ ਜਵਾਬ ਦਿੱਤਾ ਹੈ, ਅੱਜ ਹੀ ਸਾਡਾ ਆਪਣਾ ਜਿਹੜਾ ਜਨਰਲ ਸੈਕਟਰੀ ਹਰਿਆਣੇ ਦਾ ਉਹਨੇ ਉਹਦੀ ਵੀਡੀਓ ਦਾ ਜਵਾਬ ਦਿੱਤਾ।